ਮਿਸਟਰ ਵੀਜ਼ਾ ਸਕੈਮ ਥੋੜ੍ਹਾ ਹੋਰ ਦੱਸ ਦਿੰਦਾ। ਤੁਹਾਡੀ ਫਾਈਲ ਲੱਗ ਗਈ, ਤੁਹਾਡੀ ਫਾਈਲ ਬਹੁਤ ਵਧੀਆ ਤਰੀਕੇ ਨਾਲ ਅੰਬੈਸੀ 'ਚ ਪਹੁੰਚਾ ਦਿੱਤੀ, ਵੀਜ਼ਾ ਵੀ ਆ ਗਿਆ, ਪਰ ਤੁਹਾਨੂੰ ਕਾਲ ਜਾਣੀ ਹੈ, ਤੁਹਾਡਾ ਵੀਜ਼ਾ ਨਹੀਂ ਆਇਆ ਜੀ। ਤੁਸੀਂ ਡਰ ਜਾਣਾ ਯਾਰ, ਮੈਨੂੰ ਤਾਂ ਤੁਸੀਂ ਕਿਹਾ ਸੀ ਵੀਜ਼ਾ ਪੱਕਾ ਲੱਗਣਾ। ਉਹਨੇ ਕਹਿਣਾ ਹੁਣ ਮੇਰੇ ਕੋਲ ਇੱਕ ਹੋਰ ਘੁੰਡੀ ਹੈਗੀ ਆ, ਆਪਾਂ ਇੱਕ ਅਪੀਲ ਪਾਵਾਂਗੇ ਇਮੀਗ੍ਰੇਸ਼ਨ ਕੋਲ, ਅਪੀਲ ਜਿਹੜਾ 10 ਦਿਨਾਂ ਦਾ ਰਿਜ਼ਲਟ ਆ ਜਾਣਾ। ਜੇ ਵੀਜ਼ਾ ਆ ਗਿਆ ਤਾਂ 5 ਲੱਖ ਹੋਰ ਲੱਗੂਗਾ। ਤੁਸੀਂ ਕਹਿਣਾ ਯਾਰ 20 ਲੱਖ ਪਹਿਲਾਂ ਦੇਣਾ ਸੀ ਮਿਸਟਰ ਵੀਜ਼ਾ। ਬਿਲਕੁਲ ਜੀ। ਵੈਸੇ ਵੈਸੇ ਮਿਸਟਰ ਵੀਜ਼ਾ ਦੀ ਕਿੰਨੇ ਕਿੰਨੇ ਡਾਲਰ ਫੀਸ ਹੈ? ਮੈਨੂੰ ਲੱਗਦਾ ਕਿ ਸਰ $100 ਐਂਬੈਸੀ ਦੀ ਫੀਸ ਆ, $85 ਬਾਇਓਮੈਟ੍ਰਿਕਸ ਆ, $185। ਮੈਂ ਲੁਧਿਆਣੇ ਦੀ ਉਹ ਕੰਪਨੀ ਨਾਮ ਨਹੀਂ ਦੱਸ ਸਕਦਾ, ਜੇ ਬਾਹਲੀ ਗੱਲ ਲੋੜ ਪਈ ਤਾਂ ਕਿਸੇ ਦਿਨ ਦੱਸ ਵੀ ਦੇਵਾਂਗੇ। ਸ਼ਰੇਆਮ ਕਾਲ ਜਾਂਦੀ ਆ ਵੀ ਤੇਰਾ ਵੀਜ਼ਾ ਰਿਫਿਊਜ਼ ਆ, ਪਰ 8ਵੇਂ ਦਿਨ ਕਾਲ ਆਉਂਦੀ ਆ ਜੀ ਤੇਰਾ ਵੀਜ਼ਾ ਲੱਗ ਗਿਆ, ਪਰ ਅੱਜ 4.5 ਲੱਖ ਲੈਣਾ, ਫਿਰ ਪਾਸਪੋਰਟ ਮਿਲਣਾ। ਕਿਸੇ ਕੰਸਲਟੈਂਟ ਨੇ ਜੇ ਜੈਨੂਇਨ ਕੰਮ ਕਰਨ ਦੀ ਫੀਸ ਲੈਣੀ 25-30-40 ਹਜ਼ਾਰ ਲੈ ਵੀ ਸਕਦਾ, ਕੋਈ ਪ੍ਰੋਬਲਮ ਨਹੀਂ। ਅਗਰ ਵੀਜ਼ਾ ਰਿਫਿਊਜ਼ ਹੋ ਜੇ ਇੰਡੀਆ ਤੋਂ ਬੈਠੇ ਤਾਂ ਆਪਾਂ ਕੋਲ 60 ਦਿਨ ਆ ਅਪੀਲ ਲਾਉਣ ਦੇ, ਜਿਹਨੂੰ ਕਹਿੰਦੇ ਆ ਜੁਡੀਸ਼ੀਅਲ ਕੋਲ ਰਾਈਟ ਹੈਗਾ। ਹਰ ਕਿਸੇ ਕੋਲ ਰਾਈਟ ਆ, ਉਹ 10 ਦਿਨਾਂ 'ਚ ਵੀਜ਼ਾ ਨਹੀਂ ਆਉਣਾ। ਉਹ ਫਿਰ ਜੇ ਕੋਈ ਇੱਦਾਂ ਕਹਿੰਦਾ, ਜਿਹੜੇ ਵਿਊਰ ਸੁਣ ਰਹੇ ਨੇ, ਬਿਲਕੁਲ 100% ਸਕੈਮ ਕਰ 100%। ਮੈਨੂੰ ਇੱਕ ਵੀ ਬੰਦਾ ਸਾਹਮਣੇ ਲਿਆ ਕੇ ਦਿਖਾ ਦੇ। USA ਦਾ ਵੀਜ਼ਾ 45 ਲੱਖ ਰੁਪਏ ਦੇ ਵਿੱਚ, ਉਹਨਾਂ ਦਾ ਕਿ $100-$200-$300 ਫੀਸ ਹੋਣੀ ਹੈ। ਜਦੋਂ ਵੀਜ਼ਾ ਲੱਗ ਗਿਆ ਤੇ ਪਾਸਪੋਰਟ ਤੁਹਾਡਾ ਉਦੋਂ ਮਿਲਣਾ। ਬਿਲਕੁਲ ਜੀ, ਤੁਸੀਂ ਪੈਸੇ ਦਿਓਗੇ। US ਵੀਜ਼ੇ ਦੀ ਜਿਹੜੀ ਐਂਬੈਸੀ ਫੀਸ ਆ ਉਹ $185 ਆ, ਉਹਨੂੰ ਕਨਵਰਟ ਕਰੋ 12-13-15 ਹਜ਼ਾਰ ਰੁਪਏ ਬਣਦਾ ਜਿੰਨਾ ਵੀ ਰੇਟ ਆ। ਉਸ ਤੋਂ ਬਾਅਦ ਉਹਨਾਂ ਦਾ ਕੋਈ ਖਰਚਾ ਨਹੀਂ ਆ। ਜਿਹੜਾ 45 ਲੱਖ ਵਾਲਾ ਵੀਜ਼ਾ ਆ ਤੇ $185 US ਵੀਜ਼ਾ, ਦੋਵੇਂ ਸੇਮ ਆ। ਸਟੱਡੀ ਵੀਜ਼ੇ ਤੇ ਆਪਾਂ ਗੱਲ ਕਰੀਏ, ਬੜਾ ਕੋਈ ਤਾਂ 2.5 ਲੱਖ ਚ ਕਹੀ ਜਾਂਦਾ UK ਦਾ ਵੀਜ਼ਾ, ਕੋਈ 4 ਲੱਖ ਚ ਕਹੀ ਜਾਂਦਾ, ਹੁਣ ਤਾਂ ਕੈਨੇਡਾ ਦਾ ਕਈ ਕਈ ਤਾਂ 2-2-3-3 ਲੱਖ ਦੇ ਵਿੱਚ ਸਟੱਡੀ ਵੀਜ਼ੇ ਕਹੀ ਜਾਂਦੇ ਨੇ। ਵਿਜ਼ਟਰ ਵੀਜ਼ਾ ਜਿਵੇਂ ਤੁਹਾਨੂੰ ਬਾਰ ਬਾਰ ਤੁਸੀਂ ਸਾਰੇ ਸੁਣਦੇ ਪਏ ਆ, ਬਹੁਤ ਤਗੜਾ ਸਕੈਮ, ਵੱਡੇ ਲੈਵਲ ਠੱਗੀ ਚੱਲਦੀ ਪਈ ਆ। ਔਰ ਤੁਹਾਨੂੰ ਪਤਾ ਵੀ ਕੀ ਕਹਿਣਾ ਉਹਨਾਂ ਨੇ, 2 ਚੀਜ਼ਾਂ ਚਾਹੀਦੀਆਂ ਭਾਜੀ, 2 ਨਹੀਂ ਐਕਚੁਅਲੀ 3, ਪਾਸਪੋਰਟ, ਆਧਾਰ ਕਾਰਡ, ਪੈਨ ਕਾਰਡ। ਕੋਈ ਇੱਕ ਬੰਦਾ ਦੱਸੇ ਜਿਹੜਾ ਆਪਾਂ ਵੀਜ਼ੇ ਪੈਕੇਜ ਕਰਦੇ ਪਏ, ਕੋਈ 4ਵਾਂ ਡਾਕੂਮੈਂਟ ਮੰਗਦਾ। ਵੱਡੀ ਵੱਡੀ ਵੀਡੀਓ ਆ ਰਹੀਆਂ ਹੁੰਦੀਆਂ ਨੇ, ਕਿਹਾ ਜਾਂਦਾ ਸਾਨੂੰ ਸਿਰਫ ਇਹ 3 ਚੀਜ਼ਾਂ ਚਾਹੀਦੀਆਂ ਨੇ। ਤੁਸੀਂ ਦੱਸੋ ਕਿਹੜਾ ਵੀਜ਼ਾ ਐਸਾ ਜਿਹੜਾ ਇਹ 3 ਡਾਕੂਮੈਂਟ ਤੇ ਤੁਹਾਨੂੰ ਕੈਨੇਡਾ ਦੀ ਐਂਬੈਸੀ ਦੋ ਕਈ ਦੇ ਸਕਦੀ ਆ? ਇੱਦਾਂ ਤੇ ਹਰ ਕੋਈ ਬੰਦਾ ਆਖੇ ਦਾ ਵੀ ਆਪਣਾ ਪਾਸਪੋਰਟ ਲੈ ਜਾਓ ਜੀ, ਆਧਾਰ ਕਾਰਡ ਨਾਲ ਦਓਗੇ ਵੀਜ਼ਾ ਮਿਲ ਜੂਗਾ, ਪਰ ਇੱਦਾਂ ਹੋਣਾ ਨਹੀਂ ਨਾ। ਉਹ ਹੁੰਦਾ ਬਹੁਤ ਵੱਡਾ ਸਕੈਮ, ਬਹੁਤ ਵੱਡੀ ਠੱਗੀ। ਫਾਈਲ ਤੁਹਾਡੀ, ਡਾਕੂਮੈਂਟ ਤੁਹਾਡੇ, ਪਰ ਜਿਹੜੀ ਪ੍ਰੋਫਾਈਲ ਕਿਸੇ ਹੋਰ ਦੀ ਚੱਲ ਜਾਣੀ ਆ, ਡਾਕੂਮੈਂਟ ਕਿਸੇ ਹੋਰ ਦੇ ਲੱਗ ਜਾਣੇ ਆ। ਬੈਂਕ ਵਿੱਚ ਅਗਰ ਤੁਹਾਡੇ 50 ਹਜ਼ਾਰ ਆ ਤਾਂ ਉਹਨੂੰ 50 ਲੱਖ ਸ਼ੋ ਕੀਤਾ ਜਾਣਾ। ਅਗਰ ਤੁਸੀਂ ਹੈਗੇ ਇੱਕ ਆਮ ਕਿਸਾਨ ਹੋ ਤਾਂ ਤੁਹਾਨੂੰ ਡਾਕਟਰ MBBS ਦਾ ਕੋਈ, ਤੁਹਾਨੂੰ ਕੋਈ CA ਦਿਖਾ ਦੇਣਾ ਜਾਣਾ, ਕੁਛ ਵੀ ਜਿੱਦਾਂ ਉਸ ਆਫਿਸਰ ਨੂੰ ਲੱਗੇ ਵੀ ਸੱਚੀ ਇਹ ਬੰਦਾ ਇਹ ਐਡਾ ਤਗੜਾ ਕਾਬਿਲ ਆ, ਇੰਨੇ ਪੈਸੇ ਕਮਾਈ ਜਾਂਦਾ, ਇਹ ਸੱਚੀ ਘੁੰਮਣ ਫਿਰਨ ਚੱਲਿਆ। ਪਰ ਰਿਐਲਿਟੀ ਉਹ ਨਹੀਂ ਹੁੰਦੀ, ਤਾਂ ਉਹ ਲੱਗਣੇ ਕਿੰਨੇ ਆ ਵਿੱਚੋਂ? 3-4-5 ਲੱਗ ਜਾਣਗੇ। ਫਾਈਲਾਂ 100-150-300 ਵੀ ਜਾਣੀਆਂ ਨੇ, ਤੁਹਾਡੇ 3-4 ਵੀਜ਼ੇ ਲੱਗਣੇ ਆ, ਉਹੀ ਬਾਹਰ ਆਉਣੇ ਆ। ਔਰ ਲੈਣੇ ਕਿੰਨੇ ਪੈਸੇ ਆ? 25 ਲੱਖ-30 ਲੱਖ ਕਹਿਣਾ ਕੀ ਆ ਤੁਹਾਨੂੰ? ਆਫਟਰ ਵੀਜ਼ਾ ਪੈਸੇ ਲਵਾਂਗੇ ਜੀ, ਪਹਿਲਾਂ ਤਾਂ ਕੁਛ ਲੈ ਹੀ ਨਹੀਂ ਰਹੇ। ਜੇ 10-25-30 ਸੁੱਕੇ ਪੈਸੇ ਆ ਜੀ, ਪਰ ਬਣਨੇ ਕਿੰਨੇ ਕੁ ਨੇ? ਸਾਨੂੰ ਸਿਰਫ ਇਹ ਪ੍ਰੋਬਲਮ ਇਹ ਆ, ਅਸੀਂ ਈਜ਼ੀ ਰਸਤਾ ਲੱਭੀ ਜਾਂਦੇ ਹਾਂ ਵੀ ਬਸ ਸਾਨੂੰ ਬੰਦਾ ਉਹ ਚਾਹੀਦਾ ਜਿਹੜਾ ਪੈਸੇ ਆਫਟਰ ਵੀਜ਼ਾ ਲਵੇ, ਔਰ ਡਾਕੂਮੈਂਟ ਕੋਈ ਨਾ ਲਵੇ। ਮੈਂ ਇੰਨੀਆਂ ਆਲ ਦੁਆਲੇ ਲੋਕਾਂ ਨੂੰ ਵੀ ਥੋੜ੍ਹਾ ਜਿਹਾ ਅਪਗ੍ਰੇਡ, ਸੁਚੇਤ ਹੋਣਾ ਪਊਗਾ, ਬਿਲਕੁਲ ਹੋਣਾ ਪੈਣਾ ਭਾਜੀ। ਅਸੀਂ ਪਰ ਵੀਡੀਓ ਸੀ ਉਹ ਦੇਖਣਾ ਚਾਹੁੰਦੇ, ਅਸੀਂ ਪਰ ਕੀ ਦੇਖਦੇ ਹਾਂ, ਇੱਕ ਲੜੀ ਲੱਗੀ ਹੋਈ ਹੈ ਵੀਜ਼ਿਆਂ ਦੀ, ਉਹ ਰੇਲ ਬਣਾਈ ਹੁੰਦੀ ਵੀਜ਼ਿਆਂ ਦੀ, ਚੂੰਡੀਆਂ ਲੱਗੀਆਂ। ਤੁਸੀਂ ਆਪੇ ਓਕੇ, ਮੈਂ ਸਿੱਧਾ ਕਹਿੰਦਾ ਉਹ ਫੇਕ ਵਿਜ਼ਟਰ ਵੀਜ਼ਾ ਆ, ਉਹ ਸਟਿੱਕਰ ਵੀਜ਼ਾ ਆ, ਤੁਸੀਂ ਉਹ ਦਿਖਾਉਣ ਨੂੰ ਲਾਏ ਹੁੰਦੇ ਆ। ਕਾਮਨ ਸੈਂਸ ਆ ਭਾਜੀ। ਓਕੇ, ਤੁਸੀਂ ਦੱਸੋ, ਅਗਰ ਤੁਹਾਡੇ ਕੋਲ 50 ਕਲਾਇੰਟ ਆਏ ਹੋਣ, 50 ਦੇ 50 ਵੀਜ਼ੇ ਲੱਗੇ ਹੋਣ, ਤੇ ਤੁਹਾਨੂੰ ਕਿਹੜਾ ਬੰਦਾ ਆਪਣੇ 1.5-2 ਮਹੀਨੇ ਪਾਸਪੋਰਟ ਦੇ ਛੱਡੇਗਾ ਵੀ ਹੁਣ ਤੁਸੀਂ ਕੈਨੇਡਾ ਨਾ ਜਾਓ, ਪਹਿਲਾਂ ਮੈਂ ਵੀਡੀਓ ਬਣਾਉਣੀਆਂ ਨੇ? ਕੋਈ ਛੱਡੇਗਾ? ਜਿਹਦਾ ਵੀਜ਼ਾ ਲੱਗਿਆ ਉਹ ਤਾਂ ਰਾਤੋਂ ਰਾਤ ਕਹਿੰਦਾ ਭਾਜੀ ਪਾਸਪੋਰਟ ਦੋ ਤਾਂ ਮੈਂ ਕੈਨੇਡਾ ਜਾਣਾ। ਇੱਕ ਦਿਨ ਦਾ ਵੀ ਸਾਹ ਨਹੀਂ ਖਾਂਦਾ ਹੁੰਦਾ, ਕੌਣ ਦਿੰਦਾ ਪਾਸਪੋਰਟ ਆਪਣਾ? ਤੇ ਉਹ 50-60-100 ਪਾਸਪੋਰਟ ਕਿੱਥੋਂ ਆ ਜਾਂਦੇ ਆ?
ਬਿਕੋਜ਼ ਉਹ ਇੱਕ ਸਟਿੱਕਰ ਵੀਜ਼ਾ ਹੁੰਦਾ, ਉਹ ਕਿੰਨੀਆਂ ਸ਼ੋਪ ਸਾਰਿਆਂ ਨੂੰ ਪਤਾ ਵੀ ਕਿੰਨੇ ਮਾਰਕੀਟ ਵਿੱਚ ਜਾ ਕੇ ਸਟਿੱਕਰ ਵੀਜ਼ਾ ਬਣ ਜਾਣਾ, ਉਹ ਗਲੂ ਨਾਲ ਪੇਸਟ ਹੁੰਦਾ, ਪਾਸਪੋਰਟ ਦੀ ਲੜੀ ਬਣ ਜਾਣੀ ਆ, ਔਰ ਸਾਨੂੰ ਦੇਖਣੀ ਆ ਰੇਲ, ਉਹ ਰੇਲ ਬਣ ਗਈ ਹੈ ਜੀ ਵੀਜ਼ਿਆਂ ਦੀ, ਔਰ ਇਹੋ ਜਿਹੀ ਰੇਲ ਫਿਰ ਕੈਨੇਡਾ ਵਾਲੇ ਆਫਿਸਰ ਵੀ ਤੁਹਾਡੀ ਬਣਾਉਂਦੇ ਆ ਜਦੋਂ ਤੁਸੀਂ ਉੱਥੇ ਲੈਂਡ ਕਰਦੇ ਆ, ਤੁਹਾਨੂੰ ਇਹ ਨਹੀਂ ਪਤਾ ਫਾਲ 'ਚ ਲੱਗਾ ਕੀ ਆ। ਮੈਂ ਕਿਹਾ ਇਗਜ਼ਾਮਪਲ ਦੇਣਾ ਲਿਆ, ਸਪੋਜ਼ ਤੁਹਾਡਾ ਨਾਂ ਭਾਅ ਜੀ ਗਗਨ, ਗਗਨ ਚੱਲੇ ਜੀ ਕੈਨੇਡਾ, ਗਗਨ ਨੇ ਮੈਨੂੰ ਪਾਸਪੋਰਟ ਦਿੱਤਾ ਆਧਾਰ ਕਾਰਡ ਅਤੇ ਪੈਨ ਕਾਰਡ, ਮੈਂ ਗਗਨ ਨੂੰ ਬਣਾ ਤੱਕ ਬਹੁਤ ਤਗੜਾ ਪ੍ਰੋਫੈਸ਼ਨਲ, ਜੋ ਜਾਲੀ ਕੰਮ ਕਰ ਸਕਦਾ ਕਰ ਲਿਆ, ਵੀਜ਼ਾ ਲੱਗ ਗਿਆ। ਗਗਨ ਨੂੰ ਮੈਂ ਕਿਹਾ ਵੀ ਆਹ ਲਿਆ 25 ਲੱਖ, ਅਤੇ ਹੁਣ ਤੂੰ ਮੈਨੂੰ ਨਹੀਂ ਜਾਣਦਾ, ਮੈਂ ਤੈਨੂੰ ਨਹੀਂ ਜਾਣਦਾ। ਗਗਨ ਗਿਆ ਉੱਥੇ ਕੈਨੇਡਾ ਦੇ ਏਅਰਪੋਰਟ 'ਤੇ, ਉਦੋਂ ਆਫਿਸਰ ਨੇ ਪੁੱਛਣਾ ਗਗਨ ਜੀ ਕਿੱਧਰ ਆਏ ਹੋ, ਤੁਸੀਂ ਕਹਿਣਾ ਮੈਂ ਤਾਂ ਘੁੰਮਣ ਫਿਰਨ ਆਇਆ। ਪਹਿਲਾਂ ਕੀ ਕਰਦਾ ਸੀ, ਮੈਂ ਤਾਂ ਜੀ ਖੇਤੀਬਾੜੀ ਕਰਦਾ, ਸ਼ੋਅ ਦਾ ਤੈਨੂੰ ਆਪਾਂ ਐਸੇ ਕੀਤਾ, MBBS ਡਾਕਟਰ ਆ, ਮਤਲਬ ਇੰਨਾ ਉਹਲਾ ਦੱਸਿਆ ਨਹੀਂ ਜਾਂਦਾ ਸਰ, ਦੱਸਦਾ ਪੁੱਛਦਾ ਵੀ ਨਹੀਂ ਨਾ ਕੋਈ, ਲੱਗ ਆਪਣੀ ਫਲ 'ਚ ਲੱਗਦਾ ਕੀ ਪਿਆ, ਕਦੀ ਪੁੱਛਿਆ ਕਿਸੇ ਨੇ? ਅਸੀਂ ਸਿਰਫ ਦੇ ਆਉਂਦੇ ਉਹਨੂੰ ਪਾਸਪੋਰਟ ਆਧਾਰ ਕਾਰਡ ਦੇ ਪੈਨ ਕਾਰਡ, ਕਦੀ ਪੁੱਛਿਆ ਚੌਥਾ ਡਾਕੂਮੈਂਟ ਕੀ ਗਿਆ ਸੀ ਫਲ 'ਚ, ਕਦੀ ਪੁੱਛਿਆ ਕਿੰਨੇ ਪੈਸੇ ਸ਼ੋਅ ਕੀਤੇ ਸੀ, ਕਦੀ ਪੁੱਛਿਆ ਕਿੱਥੇ ਘੁੰਮਣ ਫਿਰਨ ਚੱਲੇ ਹਾਂ। ਜਦੋਂ ਆਫਿਸਰ ਉੱਥੇ ਜਾਂਦੇ ਉਦਣ ਉਹ ਰੇਲ ਬਣਾਉਂਦਾ ਤੁਹਾਡੀ, ਉਦੋਂ ਉਹ ਇਕੱਲੀ ਇਕੱਲੀ ਗੱਲ ਪੁੱਛਦਾ ਵੀ ਕਿੱਧਰ ਆਏ ਹਾਂ। ਅੱਜ ਕੱਲ੍ਹ ਬਹੁਤ ਨਿਊਜ਼ ਫੈਲਦੀ ਆ ਨਾ ਵੀ ਉੱਥੇ ਕੈਨੇਡਾ ਤੁਹਾਨੂੰ ਡਿਪੋਰਟ ਕੀਤਾ ਜਾ ਰਿਹਾ, ਇਹ ਬਿਲਕੁਲ ਸਹੀ ਗੱਲ ਆ, ਡੈਪੋਰਟੇਸ਼ਨ ਹੋ ਰਹੀ ਆ, ਏਅਰਪੋਰਟ ਤੋਂ ਵਾਪਸ ਕਰ ਦਿੰਦੇ, ਬਿਲਕੁਲ ਕਰਦੇ ਆ ਜੀ। ਤੁਹਾਨੂੰ ਦੋ ਆਪਸ਼ਨਾਂ ਦਿੰਦੇ ਆ, ਉਹ ਜਾਂ ਤਾਂ ਜਿਹੜੇ ਜਹਾਜ਼ 'ਚ ਆਏ ਉਹ 'ਚ ਵਾਪਸ ਮੁੜ ਜਾਓ, ਜਾਂ ਦੂਸਰਾ ਇੱਥੇ ਆਪਣਾ ਅਸਾਇਲਮ ਲਾ ਲਓ, ਅਸਾਇਲਮ ਮਤਲਬ ਰਿਫਿਊਜੀ, ਸ਼ਰਨਾਰਥੀ ਤੁਸੀਂ ਬਣ ਜਾਓ। ਪਰ ਉਹਦੀ ਜਿਹੜੀ ਸਕਸੈਸ ਰੇਟ ਆ ਬਹੁਤ ਘੱਟ ਆ। ਇੱਕ ਪਾਸੇ ਤੁਸੀਂ ਕਹਿ ਕੇ ਆਏ ਵੀ ਮੈਂ ਇੰਡੀਆ 'ਚ ਇੱਡਾ ਤਗੜਾ ਸੈਟਲਡ ਬੰਦਾ, ਘੁੰਮਣ ਫਿਰਨ ਚੱਲਿਆ, ਹੁਣ ਤੁਸੀਂ ਕੈਨੇਡਾ ਦੇ ਏਅਰਪੋਰਟ ਜਾ ਕੇ ਕਹੋਗੇ ਜੀ ਮੈਨੂੰ ਇੰਡੀਆ ਤੋਂ ਖਤਰਾ ਆ, ਮੈਂ ਇੰਡੀਆ ਮੁੜ ਨਹੀਂ ਸਕਦਾ, ਮੈਨੂੰ ਅਸਾਇਲਮ ਲਾ ਦਿਓ, ਉੱਥੇ ਪ੍ਰੋਬਲਮ ਪੈਂਦੀ ਆ, ਫਿਰ ਉਹ ਤੁਹਾਨੂੰ ਡਿਪੋਰਟ ਕਰਦੇ ਆ। ਉੱਦਣ ਆਹ ਜਿਹੜੀ ਵੱਡੀ ਵੱਡੀ ਰੇਲ ਬਣਦੀ ਹੈ, ਜਿਹੜੇ ਜਾਲੀ ਵੀਜ਼ਿਆਂ ਦਾ ਸਕੈਮ ਸਾਹਮਣੇ ਆਉਂਦਾ, ਹੁਣ ਜਿਨ੍ਹਾਂ ਨੇ, ਅਗਰ ਤੁਸੀਂ 25 ਲੱਖ ਰੁਪਏ ਮੈਨੂੰ ਦੇ ਦਿੱਤਾ, ਜੇ ਤੁਸੀਂ ਕੈਨੇਡਾ ਨਹੀਂ ਐਂਟਰ ਕੀਤੇ ਤਾਂ ਆ ਕੇ ਮੇਰੇ ਦਫ਼ਤਰ ਮੂਹਰੇ ਬੈਠਣਾ ਆ ਵੀ ਮੈਂ ਤੈਨੂੰ 20-25 ਲੱਖ ਦਿੱਤਾ, ਉੱਦਣ ਇਹ ਸਾਰਾ ਬਾਹਰ ਸਾਹਮਣੇ ਆਉਣਾ। ਅੱਛਾ ਅੱਛਾ ਅਨਮੋਲ, ਇੱਕ ਚੀਜ਼ ਇਹ ਵੀ ਆ, ਇਹ ਦੱਸੋ ਕਿ ਇਹਦੇ ਵਿੱਚ ਕਿੰਨੀ ਕੁ ਸੱਚਾਈ ਆ? ਕਹਿੰਦੇ ਕਿ ਜਿਹੜਾ ਵੀਜ਼ਾ ਆਫਿਸਰ ਆ ਜਾਂ ਜਿਹੜਾ ਉੱਥੇ ਸਟਾਫ ਆ, ਉਹ ਤੁਹਾਡਾ ਮੋਬਾਈਲ ਤੱਕ ਵੀ ਚੈੱਕ ਕਰ ਸਕਦਾ? ਬਿਲਕੁਲ ਚੈੱਕ ਕਰ ਸਕਦਾ ਜੀ। ਇੱਥੋਂ ਤੁਸੀਂ ਆਪਣੇ ਜਦੋਂ ਤੁਸੀਂ ਜਾਣਾ, ਵਿਜ਼ਟਰ ਵੀਜ਼ਾ ਲੱਗ ਗਿਆ, ਤੁਸੀਂ 15-20 ਰਿਸ਼ਤੇਦਾਰਾਂ ਨੂੰ ਵਟਸਐਪ 'ਤੇ ਮੈਸੇਜ ਭੇਜਿਆ ਮੇਰੇ ਲਈ ਕੰਮ ਲੱਭ ਕੇ ਰੱਖ, ਮੇਰੇ ਲਈ ਬੇਸਮੈਂਟ ਲੱਭ ਕੇ ਰੱਖ, ਮੈਂ ਤਾਂ ਮੁੜਨਾ ਨਹੀਂ। ਔਰ ਉਸ ਆਫਿਸਰ ਕੋਲ ਪੂਰੇ ਹੱਕ ਆ, ਤੁਹਾਡਾ ਫੋਨ, ਤੁਹਾਡਾ ਜਿੰਨਾ ਤੁਸੀਂ ਲਗੇਜ ਬੈਗ ਲੈ ਕੇ ਚੱਲੇ ਹੋ, ਇੱਕ ਇੱਕ ਚੀਜ਼ ਚੈੱਕ ਕਰਨਗੇ ਪ੍ਰੈਕਟੀਕਲ ਤੌਰ 'ਤੇ, 100% ਸਰ। ਅਗਰ ਕੋਈ ਕੈਨੇਡਾ ਦਾ PR ਵੀ ਆ ਨਾ, ਜਾਂ ਕੈਨੇਡਾ ਦਾ ਸਿਟੀਜ਼ਨ ਵੀ ਆ, ਅਗਰ ਉਹ ਕੈਨੇਡਾ ਤੋਂ 2-3-4 ਵੀਕਲੀ ਬਾਹਰ ਜਾਂਦਾ, ਤਾਂ ਉਸ ਆਫਿਸਰ ਕੋਲ ਸਾਰੇ ਰਾਈਟ ਆ ਇਹ ਦੇਖਣ ਦੇ ਵੀ ਤੁਸੀਂ ਕੀ ਕਰਕੇ ਆਏ ਹੋ ਬਾਹਰ। ਅਗਰ ਕੋਈ ਲੈਟਸ ਸਪੋਜ਼ ਕੈਨੇਡਾ ਦਾ, ਮੈਂ ਚਲੋ ਵਿਜ਼ਟਰ ਗੱਲਾਂ ਛੱਡੋ, ਅਗਰ ਕੋਈ ਬੰਦਾ ਕੈਨੇਡਾ ਦਾ PR ਆ, ਉਹ 3-4-5 ਮਹੀਨੇ ਕਿਸੇ ਹੋਰ ਕੰਟਰੀ ਰਹਿ ਕੇ ਆਇਆ, ਤੇ ਉੱਥੇ ਵੱਡਾ ਵੱਡਾ ਸਕੈਮ ਕਰਕੇ ਆਇਆ, ਔਰ ਸਾਰਾ ਪ੍ਰੂਫ ਉਹਦੇ ਫੋਨ 'ਚ ਆ, ਉਹ ਆਫਿਸਰ ਉਸ ਬੰਦੇ ਨੂੰ ਉੱਥੋਂ ਮੋੜ ਸਕਦਾ। ਸੋ ਇਹ ਨਹੀਂ ਆਪਾਂ ਸੋਚਣਾ ਵੀ ਵੀਜ਼ਾ ਲੱਗ ਗਿਆ ਹੁਣ ਤਾਂ ਬਸ ਚੱਕਰ ਹੀ ਕੋਈ ਨਹੀਂ ਆ। ਤੁਸੀਂ ਵੀਜ਼ਾ ਲੱਗ ਗਿਆ ਪਰ ਪਤਾ ਹੋਣਾ ਚਾਹੀਦਾ ਲਾਇਆ ਕੀ ਸੀ ਫਾਈਲ 'ਚ, ਕਰਨ ਕੀ ਚੱਲੇ ਹੋ, ਕਿਹਨੂੰ ਮਿਲਣਾ, ਕਦੋਂ ਮੁੜ ਕੇ ਆਉਣਾ।